ਤੇ ਪੁਲਵਾਮਾ ਵਿਖੇ ਜਵਾਨਾਂ ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸਿਆਸਤਦਾਨਾਂ ਤੇ ਆਮ ਜਨਤਾ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਯੂਥ ਅਕਾਲੀ ਦਲ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਨਾਲ ਹੀ ਯੂਥ ਅਕਾਲੀ ਦਲ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਫੈਸਲੇ ਦਾ ਵੀ ਸਵਾਗਤ ਕੀਤਾ। ਆਗੂਆਂ ਦਾ ਕਹਿਣਾ ਹੈ ਕਿ ਭਾਰਤ ਇਸ ਹਮਲੇ ਦਾ ਜਵਾਬ ਇਸ ਢੰਗ ਨਾਲ ਦੇਵੇ ਕਿ ਪਾਕ ਕੋਈ ਹਮਲਾ ਕਰਨ ਤੋਂ ਪਹਿਲਾਂ 100 ਵਾਰ ਸੋਚੇ। ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਇਹ ਮੈਂ ਸਮਝਦਾ ਕਿ ਭਾਰਤ ਦੀ ਧਰਤੀ 'ਤੇ ਇੱਕ ਪਹਿਲਾ ਸਭ ਤੋਂ ਵੱਡਾ ਜਿਹੜਾ ਆਤੰਕਵਾਦੀ ਹਮਲਾ ਹੋਇਆ ਔਰ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਆ ਔਰ ਅਸੀਂ ਤਾਂ ਭਾਰਤ ਸਰਕਾਰ ਤੋਂ ਵੀ ਇਹ ਮੰਗ ਕਰਦੇ ਹਾਂ ਕਿ ਜਿਹੜਾ ਖੂਨ ਦਾ ਬਦਲਾ ਜ਼ਰੂਰ ਖੂਨ ਦੇ ਨਾਲ ਲਿਆ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸਾਡੇ ਵਿਰੋਧੀ ਨੇ, ਜਿਹੜੇ ਸਾਡੇ ਦੁਸ਼ਮਣ ਨੇ ਪਾਕਿਸਤਾਨ, ਇਹ ਜਿਹੜੀਆਂ ਵਿਰੋਧੀ ਆ ਇਹ ਇਹੋ ਜਿਹੀਆਂ ਚਾਲਾਂ ਨਾ ਚੱਲਣ ਜਿਨ੍ਹਾਂ ਨੇ ਸਾਡਾ, ਮੈਂ ਸਮਝਦਾ ਕਿ ਬਹੁਤ ਵੱਡਾ ਨੁਕਸਾਨ ਕੀਤਾ। ਕਈ ਮਾਵਾਂ ਦੇ ਪੁੱਤ ਜਿਹੜੇ ਆ ਵਿਚਾਰੇ ਜਾਨਾਂ ਗਵਾ ਚੁੱਕੇ ਆ, ਜਿਹੜੇ ਸਾਡੇ ਦੇਸ਼ ਦੀ ਰੱਖਿਆ ਕਰਦੇ ਸੀ, ਸਾਡੀ ਰੱਖਿਆ ਕਰਦੇ ਸੀ। ਮੈਂ ਉਹਨਾਂ ਪਰਿਵਾਰਾਂ ਨੂੰ, ਉਹਨਾਂ ਨੂੰ ਆਪਣਾ ਵੀਰਾਂ ਨੂੰ ਫਿਰ ਦੁਬਾਰਾ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਉਹਨਾਂ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਜਿੱਥੇ ਵੀ ਸਾਡੀ ਲੋੜ ਹੋਈ ਯੂਥ ਅਕਾਲੀ ਦਲ ਵੱਲੋਂ ਹਮੇਸ਼ਾ ਹੀ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ। ਇਸ ਕਰਕੇ ਅੱਜ ਇਹਨਾਂ ਦਾ ਜਿਹੜਾ ਪਾਕਿਸਤਾਨ ਦਾ ਜਿਹੜਾ ਪੁਤਲਾ ਫੂਕਿਆ ਜੀ। ਸਰ, ਇੱਕ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਖੁੱਲ੍ਹੀ ਛੋਟ ਦੇ ਦਿੱਤੀ ਗਈ, ਮਤਲਬ ਸੇਰਾਂ ਨੂੰ ਆਪਣੇ ਆਰਮੀ ਨੂੰ ਉੱਥੇ ਐਕਸ਼ਨ ਲੈਣ ਦੀ, ਥੋੜ੍ਹਾ ਕੀ ਕਿੰਨਾ ਅਸਰ ਹੋਏਗਾ ਸਰ? ਬਹੁਤ ਵਧੀਆ ਗੱਲ ਕੀਤੀ ਹੈ, ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਪ੍ਰਧਾਨ ਮੰਤਰੀ ਸਾਹਿਬ ਜੀ, ਕਿਉਂਕਿ ਇਹ ਛੋਟ ਮਿਲੂਗੀ ਅਤੇ ਫਿਰ ਹੀ ਇਹ ਕੰਮ ਸੂਤਰ ਆਉਣਾ ਵਾ, ਨਹੀਂ ਤਾਂ ਵਿਰੋਧੀ ਜਿਹੜਾ ਵਾ ਉਹ ਜ਼ਿਆਦਾ, ਮੈਂ ਸਮਝਦਾ ਕਿ ਜਿਹੜੀਆਂ ਕੁਝੀਆਂ ਚਾਲਾਂ ਚੱਲਣ ਦਾ ਆ ਔਰ ਵਧੀਆ ਵਾ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੌਜ ਦੇ ਮੁਖੀ ਨੇ ਜਿਹੜੇ ਜੋ ਵੀ ਫੈਸਲਾ ਲੈਣਗੇ ਦੇਸ਼ ਦੇ ਹਿੱਤ 'ਚ ਲੈਣਗੇ, ਵਧੀਆ ਫੈਸਲਾ ਲੈਣਗੇ। ਸਿੱਧੂ ਸਾਹਿਬ ਬਾਰੇ ਮੈਂ ਕੀ ਕਹਿਣਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਇਹ ਸਾਰਾ ਸਿਆਪਾ ਹੀ ਸਿੱਧੂ ਸਾਹਿਬ ਦੀ ਜੱਫੀ ਤੋਂ ਸਟਾਰਟ ਹੋਇਆ, ਜਾਂ ਪਾਕਿਸਤਾਨ ਦੇ ਵਿੱਚ ਗਏ ਸਾਡੇ ਵਿਰੋਧੀਆਂ ਨੂੰ ਜੱਫੀਆਂ ਪਾਉਂਦੇ ਆ। ਮੈਂ ਸਮਝਦਾ ਕਿ ਅੱਜ ਸਿੱਧੂ ਸਾਹਿਬ ਜੇ ਹੁਣ ਦੁਬਾਰਾ ਪਾਕਿਸਤਾਨ ਜਾਂਦੇ ਆ ਤਾਂ ਉਹਨਾਂ ਨੂੰ ਇਹ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਉਹ ਭਲਾ ਹੁਣ ਜਾ ਕੇ ਫਿਰ ਉਹਨੂੰ ਬਾਜਵੇ ਨੂੰ ਜੱਫੀ ਪਾਉਣਗੇ ਕਿ ਨਹੀਂ ਪਾਉਣਗੇ, ਇਹ ਸਿੱਧੂ ਸਾਹਿਬ ਨੂੰ ਦੱਸਣਾ ਚਾਹੀਦਾ। ਹਿੰਦੁਸਤਾਨ ਦੇ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਡਾ ਅਤੇ ਅੱਤਵਾਦੀ ਹਮਲਾ ਸੀ ਸਾਡੀ ਜਿਹੜੀ ਸਿਕਿਉਰਿਟੀ ਫੋਰਸਿਸ ਸੀ ਉਹਨਾਂ ਉੱਤੇ, ਜਿਹਦੇ ਨਾਲ ਸਾਡੇ ਦੇਸ਼ ਦੇ 44 ਬਹਾਦਰ ਜਿਹੜੇ ਵੀਰ ਸੀ ਉਹ ਸ਼ਹੀਦ ਹੋ ਗਏ। ਸਭ ਤੋਂ ਪਹਿਲਾਂ ਮੈਂ ਉਸ ਪਾਕਿਸਤਾਨ ਦੀ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਦਾ ਹਾਂ ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਹੇ ਸੱਚੇ ਪਿਤਾ ਵਾਹਿਗੁਰੂ, ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ, ਕਿਉਂਕਿ ਇਹ ਬੜਾ ਵੱਡਾ ਕਹਿਰ ਵਾਪਰਿਆ ਸਾਡੇ ਦੇਸ਼ 'ਤੇ, ਕਿਉਂਕਿ ਪਾਕਿਸਤਾਨ ਦੀਆਂ ਹਮ ਜਿੰਨੀਆਂ ਘਿਨਾਉਣੀ ਚਾਲਾਂ ਸੀ ਉਸ ਤੋਂ ਸਭ ਤੋਂ ਦੀ ਸਭ ਤੋਂ ਵੱਡੀ ਜਿਹੜੀ ਚਾਲ ਆ ਉਹ ਸਾਹਮਣੇ ਆਈ ਆ। ਮੈਂ ਤਾਂ ਸਾਰੇ ਜਿੰਨੇ ਵਿਸ਼ਵ ਦੇ ਸਾਰੇ ਕੌਮੀਅਤ ਨੂੰ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਦੇਸ਼ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪਾਕਿਸਤਾਨ ਨੂੰ ਸਾਰੇ ਦਹਿਸ਼ਤਗਰਦ ਦੇਸ਼ ਐਲਾਨਣ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਮਦਦ ਕਰਨ, ਅਤੇ ਨਾਲ ਹੀ ਮੈਂ ਆਪਣੇ ਪੰਜਾਬ ਦੇ ਜਿਹੜੇ ਮੰਤਰੀ ਨੇ ਸਾਡੇ, ਜਿਹੜੇ ਜਾ ਕੇ ਉੱਧਰ ਜੱਫੀਆਂ ਪਾਉਂਦੇ ਸੀ ਜਾ ਕੇ ਕਦੀ ਇਮਰਾਨ ਖਾਨ ਦੇ ਨਾਲ ਅਤੇ ਕਦੀ ਉਸ ਜਨਰਲ ਬਾਜਵੇ ਦੇ ਨਾਲ, ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਹੁਣ ਤੁਹਾਡਾ ਇਸ 'ਤੇ ਕੀ ਜਿਹੜਾ ਵਾ ਪ੍ਰਤੀਕਰਮ ਕੀ ਆ? ਤੁਸੀਂ ਹੁਣ ਦੱਸੋ ਕਿ ਪਾਕਿਸਤਾਨ ਦੇ ਨਾਲ ਜਿਨ੍ਹਾਂ ਨਾਲ ਤੁਸੀਂ ਜੱਫੀਆਂ ਪਾਉਂਦੇ ਸੀ ਉਹਨਾਂ ਨੇ ਸਾਡੇ ਜਿਹੜੇ ਜਵਾਨ ਸੀ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਸ਼ਹੀਦ ਕੀਤਾ ਵਾ ਕਿ ਜਿਹਦੇ ਵਿੱਚ ਬਿਆਨ ਕਰਨਾ ਬੜਾ ਔਖਾ ਵਾ। ਦਿਲ ਰੋਂਦਾ ਸਾਡਾ ਜਦੋਂ ਉਹਨਾਂ ਦੇ ਪਰਿਵਾਰਾਂ ਵੱਲ ਵੇਖੀਦਾ ਵਾ। ਸਾਡੇ ਪੰਜਾਬ ਦੇ ਵੀ ਦੋ ਜਵਾਨ ਸ਼ਹੀਦ ਹੋਏ ਨੇ, ਇੱਕ ਗੁਰਦਾਸਪੁਰ ਦਾ, ਇੱਕ ਪੱਟੀ ਦਾ, ਅਤੇ ਤੁਹਾਡੇ ਚਾਰ ਦਿਨ ਹੈਗਾ ਸਾਡੇ ਪੰਜਾਬ ਦੇ, ਇੱਕ ਮੋਗੇ ਦਾ ਵਾ। ਅਸੀਂ ਸਰਕਾਰ ਕੋਲੋਂ ਇਹ ਮੰਗ ਵੀ ਕਰਦੇ ਹਾਂ ਕਿ ਉਹਨਾਂ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਜਾਵੇ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਉਹਨਾਂ ਦਾ ਸਾਰਾ ਜਿਹੜਾ ਵਾ ਪਾਲਣ ਪੋਸ਼ਣ ਜੋ ਵੀ ਆ ਉਹ ਪੰਜਾਬ ਸਰਕਾਰ ਕਰੇ। ਅਖੀਰ ਦੇ ਵਿੱਚ ਅਸੀਂ ਸਾਰਾ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਜਿੰਨਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਆ ਸਾਰੇ ਪਰਿਵਾਰਾਂ ਨਾਲ ਹਮਦਰਦੀ ਕਰਦਾ ਆਇਆ, ਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਿਤਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਅਤੇ ਨਾਲ ਹੀ ਸਿੱਧੂ ਵਰਗਿਆਂ ਨੂੰ ਵੀ ਚੇਤਾਵਨੀ ਦੇਣੀਆਂ ਚਾਹੁੰਦੇ ਹਾਂ ਕਿ ਆਪਣੀਆਂ ਜਿਹੜੀਆਂ ਇਹੋ ਜਿਹੀਆਂ ਤੇਰੀਆਂ ਗਲਤ ਹਰਕਤਾਂ ਸੀ ਉਹਨਾਂ ਦੇ ਨਾਲ ਦੇਸ਼ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ, ਚੁੱਪ ਕਰਕੇ ਤਾਂ ਘਰ ਬਹਿ ਜਾਣਾ ਚਾਹੀਦਾ ਉਹਨੇ। ਮੈਂ ਮੋਦੀ ਜੀ ਨੂੰ ਇਹੋ ਹੀ ਕਹੂੰਗਾ, ਮੋਦੀ ਜੀ ਸਾਰਾ ਦੇਸ਼ ਤੁਹਾਡੇ ਨਾਲ ਆ, ਤਗੜੇ ਹੋ ਕੇ ਇਹਨਾਂ ਨੂੰ ਠੱਲ ਪਾ ਦਿਓ। ਪੰਜਾਬ ਜਿਹੜਾ ਵਾ
ਕਿਉਂਕਿ ਬਾਰਡਰ 'ਤੇ ਹਾਂ ਅਸੀਂ ਅਸੀਂ ਪੂਰਾ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਹਾਂ। ਪਾਕਿਸਤਾਨ ਦਾ ਤਹਿਸ ਨਹਿਸ ਕਰ ਦੇਣਾ ਚਾਹੀਦਾ ਤਾਂ ਕਿ ਜਿਹੜਾ ਫਿਰ ਕੋਈ ਮਾੜੀ ਹੱਕ ਸਾਡੇ ਦੇਸ਼ ਵੱਲ ਨਾ ਆ ਸਕੇ। ਮੈਂ ਤਾਂ ਇਹ ਕਹਿਣਾ ਚਾਹੁੰਦਾ ਇਹ ਹਿੰਦੁਸਤਾਨ ਦੀ ਜਿਹੜੀ ਸਰਜ਼ਮੀਨ ਦੇ ਉੱਪਰ ਹਮੇਸ਼ਾ ਹੀ ਪਾਕਿਸਤਾਨ ਆਈ ਐੱਸ ਅਤੇ ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਅੱਤਵਾਦੀ ਸੰਗਠਨ ਨੇ ਇਹ ਜਿਹੜਾ ਹਮਲਾ ਕਰਕੇ ਜਿੱਥੇ ਸਾਰਾ ਹਿੰਦੁਸਤਾਨ, ਮੈਂ ਇਹ ਨਹੀਂ ਕਲੇ ਜਿੱਥੇ ਵੀ ਕਿਤੇ ਕੋਈ ਹਿੰਦੁਸਤਾਨੀ ਵੱਸਦਾ ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ ਉਹਦੇ ਮਨਾਂ ਦੇ ਵਿੱਚ ਬਹੁਤ ਗਹਿਰਾ ਦੁੱਖ ਹੈ, ਸ਼ੋਕ ਹੈ ਅਤੇ ਰੋਸ ਹੈਗਾ, ਗੁੱਸਾ ਹੈਗਾ। ਕਿਉਂਕਿ ਜਦੋਂ ਜੰਗ ਲੱਗਦੀ ਉਦੋਂ ਆਹਮੋ ਸਾਹਮਣੇ ਹੁੰਦੀ ਆ, ਕੋਈ ਕਿਸੇ ਨੂੰ ਮਾਰ ਜਾਂਦਾ ਕੋਈ ਕਿੱਦਾਂ। ਇਹ ਜਿਹੜਾ ਕਾਇਰਨ ਆ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦਾ ਅਟੈਕ ਕੀਤਾ, ਜਿਹੜਾ ਸੁਸਾਈਡ ਜਿਹੜੇ ਬੰਬਰ ਹੈ ਉਹ ਬਣ ਕੇ ਉਹ ਆਏ, ਇਹ ਬਹੁਤ ਹੀ ਵੱਡੀ ਘਿਨਾਉਣੀ ਦੁੱਖਦਾਈ ਘਟਨਾ ਹੈ ਜਿੱਥੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੀਜ਼ ਦੇ ਖੰਡਨ ਕਰਦੇ ਹਾਂ। ਉੱਥੇ ਜਿੰਨੇ ਵੀ ਸਾਡੇ ਫੌਜੀ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਦੇ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਹ ਮੰਗ ਕਰਦੇ ਹਾਂ, ਰੱਖਿਆ ਮੰਤਰੀ ਤੋਂ ਮੰਗ ਕਰਦੇ ਹਾਂ ਵੀ ਇਹਦਾ ਜਿਹੜਾ ਜਵਾਬ ਹੈ ਇਹ ਤਕੜੇ ਹੋ ਕੇ ਦਿੱਤੇ ਜਾਣਾ ਚਾਹੀਦਾ। ਇਹ ਹੁਣ ਆਰ ਪਾਰ ਦੀ ਲੜਾਈ ਵਾਲੀ ਗੱਲ ਹੋ ਗਈ ਹੈ, ਰੋਜ਼ ਕੋਈ ਨਾ ਕੋਈ ਚਾਹੇ ਕਦੀ ਦੋ ਫੌਜੀ ਹੋ ਗਏ ਜਾਂ ਚਾਰ ਹੋ ਗਏ ਆ। ਪਿਛਲੇ ਸਮੇਂ ਦੇ ਵਿੱਚ ਵੀ ਜਵਾਬ ਦਿੱਤਾ ਸੀ ਜਿੱਦਾਂ ਉਰੀ ਦਾ ਜਿਹੜਾ ਬਦਲਾ ਸਰਜੀਕਲ ਸਟ੍ਰਾਈਕ ਕਰਕੇ ਲਿਆ ਸੀ। ਸੋ ਮੈਂ ਸਮਝਦਾ ਇਹਦਾ ਵੀ ਜਿਹੜਾ ਬਦਲਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਤਕੜੇ ਹੋ ਕੇ ਇਹ ਸਾਡੀ ਜਿਹੜੀ ਕਾਰਵਾਈ ਇਹਨਾਂ ਦੇ ਖਿਲਾਫ਼, ਪਾਕਿਸਤਾਨ ਦੇ ਖਿਲਾਫ਼ ਅਤੇ ਉਹਨਾਂ ਜਿਹੜੇ ਅੱਤਵਾਦੀ ਸੰਗਠਨ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈ ਉਹਨਾਂ ਨੂੰ ਇਸ ਧਰਤੀ ਤੋਂ ਉਖੇੜ ਕੇ ਉਹਨਾਂ ਨੂੰ ਇਹ ਗੋਲੀ ਮਾਰਨ ਦਾ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਅਟੈਕ ਕੀਤਾ ਕਰਨਾ ਪਲੈਨ ਕੀਤਾ। ਦੇਖੋ ਚੁੱਪ ਰਹਿਣ ਵਾਲੇ ਹਿੰਦੁਸਤਾਨ ਨੂੰ ਨਹੀਂ, ਮੈਂ ਇਹ ਇੱਕ ਇੱਕ ਹਿੰਦੁਸਤਾਨੀ ਦੀ ਇੱਕ ਇੱਕ ਉਸ ਵੀਰ ਦੀ ਭਾਵਨਾ ਦੱਸਦਾ ਜਿਹਦੇ ਮਨਾਂ 'ਚ ਅੱਜ ਬਹੁਤ ਵੱਡਾ ਰੋਸ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਂ ਦੱਸੂਗਾ, ਇਹਦਾ ਜਵਾਬ ਆਪਾਂ ਜ਼ਰੂਰ ਲਵਾਂਗੇ ਅਤੇ ਇਹਦਾ ਅਟੈਕ ਦਾ ਜਵਾਬ ਪਾਕਿਸਤਾਨ ਨੂੰ ਜ਼ਰੂਰ ਮਿਲੂ।